ਇਹ ਕੰਮ ਸਰ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਤਕਰੀਬਨ 1970 ਵਿੱਚ ਉਹਨਾਂ ਸਟਾਰਟ ਕੀਤਾ ਸੀ ਅਤੇ ਤਕਰੀਬਨ ਤੀਸਰੀ ਚੌਥੀ ਨਸਲ ਤੋਂ ਅਸੀਂ ਕਰ ਰਹੇ ਹਾਂ। ਕੀ ਲੈ ਕੇ ਅਤੇ ਅਸੀਂ ਟਰਾਲੀਆਂ 'ਤੇ ਆਉਂਦੀ ਹੈ ਉਹ ਇੱਕ ਮਸ਼ੀਨ ਲੱਗੀ ਹੈ ਸਪੈਸ਼ਲ, ਉਹਦੇ ਵਿੱਚ ਪਾਣੀ ਅਤੇ ਮਿੱਟੀ ਮਿਕਸ ਹੁੰਦੀ ਹੈ ਮਸ਼ੀਨ ਦੇ ਜ਼ਰੀਏ। ਉਹਦੇ ਤੋਂ ਬਾਅਦ ਉਹ ਪਲਾਟ ਨੇ ਛੋਟੇ ਛੋਟੇ ਬਣੇ ਉਹਦੇ ਵਿੱਚ ਆਉਂਦੀ ਹੈ, ਉਹ ਜਿਸ ਟਾਈਮ ਖੁਸ਼ਕ ਹੁੰਦੀ ਹੈ ਅਤੇ ਫਿਰ ਉਹ ਅੱਡਿਆਂ ਦੇ ਉੱਤੇ ਆਉਂਦੀ ਹੈ ਜਿੱਥੇ ਮਸ਼ੀਨਾਂ ਦੂਸਰੀਆਂ ਲੱਗੀਆਂ ਨੇ ਬਰਤਨ ਤਿਆਰ ਕਰਨ ਵਾਲੀਆਂ, ਉੱਥੇ ਫਿਰ ਅੱਗੋਂ ਤਿਆਰੀ ਦਾ ਅਮਲ ਸ਼ੁਰੂ ਹੋ ਜਾਂਦਾ ਬਰਤਨ ਦੀ ਦਾ। ਗਿਰੀ ਉਹਨੂੰ ਕਹਿੰਦੇ ਨੇ, ਉਹ ਲਗਾਇਆ ਜਾਂਦਾ ਕੱਚੇ ਬਰਤਨ ਦੇ ਉੱਤੇ ਅਤੇ ਉਹਦਾ ਰੰਗ ਫਿਰ ਉਹਦੇ ਤੋਂ ਬਾਅਦ ਸਰ ਹੋ ਜਾਂਦਾ। ਉਸ ਤੋਂ ਬਾਅਦ ਅਗਰ ਜਿਹੜਾ ਸ਼ੀਸ਼ੇ ਹਾਰ ਬਰਤਨ ਨਜ਼ਰ ਆਉਂਦਾ ਉਹਦੇ 'ਤੇ ਇੱਕ ਸ਼ੀਸ਼ਾ ਗਲੇਜ਼, ਅਸੀਂ ਉਹਨੂੰ ਕਹਿੰਦੇ ਹਾਂ, ਉਹ ਗਲੇਜ਼ ਲਗਾਇਆ ਜਾਂਦਾ। ਦਸ ਤੋਂ ਬਾਰ੍ਹਾਂ ਘੰਟੇ ਅੱਗ ਭੱਠੀ ਦੇ ਵਿੱਚ ਜਲਾਈ ਜਾਂਦੀ ਹੈ। ਪਹਿਲਾਂ ਉਹ ਸਲੋਲੀ ਸਲੋਲੀ 4-5 ਘੰਟੇ ਉਹਨੂੰ ਕਰਨੇ ਅੱਗ ਨੂੰ ਜਲਾਈਦਾ, ਉਹਦੇ ਤੋਂ ਬਾਅਦ ਫਿਰ ਜਿਹੜਾ ਉਹਨੂੰ 2-3 ਘੰਟੇ ਜਿਹੜਾ ਪ੍ਰੋਪਰ ਲੱਕੜਾਂ ਜਿਹੜੀਆਂ ਨੇ ਵਿੱਚ ਰੱਖੀ ਦੀਆਂ ਨੇ। ਪੂਰੇ ਪਾਕਿਸਤਾਨ ਵਿੱਚ ਸਮਾਨ ਜਿਹੜਾ ਨਾ ਸਾਡਾ ਜਾਂਦਾ ਹੈ ਅਲਹਮਦੁਲਿਲਾ। ਬਾਹਰ ਦੇ ਵਿੱਚ ਬਾਹਰ ਵੀ ਮੁਲਕਾਂ ਵਿੱਚ ਤਕਰੀਬਨ ਇੰਗਲੈਂਡ, ਸਾਊਦੀ ਅਰਬ, ਦੁਬਈ, ਇਹਨਾਂ ਮੁਲਕਾਂ ਵਿੱਚ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਮਾਲ ਜਿਹੜਾ ਨਾ ਭੇਜ ਰਹੇ ਹਾਂ। ਇਹ ਦੀਵਾਰੀ ਵਗੈਰਾ, ਗੁਲਦਾਨ ਵਗੈਰਾ, ਬੋਤਲ ਵਗੈਰਾ ਪੇਂਟ ਕਰਕੇ, ਅਸੀਂ ਮਿੱਟੀ ਦੇ ਬਰਤਨ ਨੂੰ ਪੇਂਟ ਕਰਕੇ ਅਤੇ ਉਹ ਅੱਗੇ ਅਸੀਂ ਗਾਹਕ ਨੂੰ ਡੀਲ ਕਰਨੇ ਆ। ਉਹਦੇ ਮਿੱਟੀ ਆਉਣ ਦਾ ਅਮਲ ਸ਼ੁਰੂ ਹੁੰਦਾ ਉੱਥੋਂ ਲੈ ਕੇ ਅਤੇ ਜਿਵੇਂ ਬਰਤਨ ਅੱਗੇ ਦੁਕਾਨ 'ਤੇ ਜਾਂਦਾ ਉੱਥੋਂ ਤੱਕ ਤਕਰੀਬਨ 500 ਬੰਦਾ ਇਹਦੇ 'ਚੋਂ ਰਿਜ਼ਕ ਕਮਾ ਰਿਹਾ।